ਮੈਨੂੰ ਲੱਗਦਾ ਕਿ ਤਕਰੀਬਨ 10,000 ਦਾ ਸਾਨੂੰ ਟਾਰਗੇਟ ਮਿਲਿਆ ਔਰ ਅਸੀਂ 10 ਤੋਂ 2000 ਵੱਧ ਬੰਦਾ ਲੈ ਕੇ ਜਾਵਾਂਗੇ ਕਿਉਂਕਿ ਮਹਿੰਗਾਈ ਤੋਂ ਦੇਸ਼ ਦਾ ਹਰ ਵਿਅਕਤੀ ਪੀੜਤ ਹੈ ਹਰ ਇੱਕ ਉਹ ਸਾਥੀ ਪੀੜਤ ਹੈ ਗਰੀਬ ਤੋਂ ਗਰੀਬ ਜਿਹੜਾ ਵਿਅਕਤੀ ਹੈ ਉਹਦਾ ਅੱਜ ਚੁੱਲ੍ਹਾ ਨਹੀਂ ਚੱਲ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਪੂਰੇ ਦੇਸ਼ ਵਾਸੀਆਂ ਦਾ ਮੁੱਦਾ ਹੈ ਔਰ ਸਾਨੂੰ ਸੁਨੇਹੇ ਆ ਰਹੇ ਹੈ ਕਿ ਅਸੀਂ रैली च जाना चाहते हैं क्योंकि हर एक व्यक्ति ना जुड़े हुए होता है और मैं लगता 12,000 दे 10,000 दे करीब लोग जड़े वो पंजाब चो जाएंगे ਬੜਿੰਗ ਸਾਹਿਬ ਕੇਂਦਰ ਦੇ ਮੰਤਰੀਆਂ ਤੋਂ ਸਵਾਲ ਚੱਕਿਆ ਜਾਂਦਾ ਉਹ ਕਹਿ ਦਿੰਦੇ ਨੇ ਕਿ ਫੋਰਨ ਮਾਰਕੀਟ ਦੇ ਪ੍ਰਾਈਸ ਹਾਈਕ ਹੋ ਰਹੇ ਨੇ ਤਾਂ ਸਾਨੂੰ ਇੱਥੇ ਵੀ ਵਧਾਣੇ ਪੈ ਰਹੇ ਨੇ ਇਸ ਜਵਾਬ ਤੇ ਉਹਨਾਂ ਦੇ ਸਹਿਮਤੀ ਹੈ ਤੁਹਾਡੀ ਨੋ 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 ਬਿਲਕੁਲ ਸਹਿਮਤੀ ਨਹੀਂ ਹੈ ਤਾਂ 8 ਸਾਲ ਤੁਸੀਂ ਹੁਣੇ ਪਿੱਛੇ ਸਵਾਲ ਕਰ ਰਹੇ ਸੀ ਬਾਜਵਾ ਸਾਹਿਬ ਨੂੰ ਤੁਸੀਂ ਕਹਿ ਰਹੇ ਸੀ ਤੁਹਾਡੇ ਕੋਲ ਕੋਈ ਇੰਤਜ਼ਾਮਤ ਹੈਗਾ ਕਿ ਰੇਟ ਘਟਾਉਣ ਦਾ ਐਸੀ ਕੋਈ ਪਾਲਿਸੀ ਹੈਗੀ ਐਸੀ ਕੋਈ ਸਕੀਮ ਹੈਗੀ ਹੈ ਤੁਸੀਂ ਅੱਜ ਤੋਂ 8 ਸਾਲ ਪਿੱਛੇ ਜਾਓ ਜ਼ਰਾ ਹਮੇਸ਼ਾ ਲੋਕ ਇਹ ਕਹਿੰਦੇ ਕਾਂਗਰਸ ਪਾਰਟੀ ਨੇ 60 ਸਾਲ ਰਾਜ ਕੀਤਾ ਐਂਡ ਗੈਸ ਦਾ ਸਿਲੰਡਰ 350 ਤੋਂ ਵਧਣ ਨਹੀਂ ਦਿੱਤਾ 60 ਸਾਲਾਂ ਦੇ ਵਿੱਚ ਇਹਨਾਂ ਨੇ 8 ਸਾਲਾਂ ਦੇ ਵਿੱਚ ਅੱਜ 1150 ਕਰਤਾ ਡੀਏਪੀ ਦਾ ਗੱਟਾ 450 ਤੋਂ ਵਧਣ ਨਹੀਂ ਦਿੱਤਾ ਸੀ ਉਹ ਸਕੀਮ ਸੀ ਉਹ ਦਿਮਾਗ ਸੀ ਉਹ ਵਿਚਾਰ ਸੀ ਲੋਕਾਂ ਨਾਲ ਬੈਠ ਕੇ ਇਕੱਠੇ ਗੱਲ ਕਰਦੇ ਸਨ ਹੁਣ ਇੱਕ ਨਿਕਾਤੀ ਸਿੰਗਲ ਮੈਨ ਸਿਸਟਮ ਚੱਲ ਰਿਹਾ ਜਿਹੜੀ ਸਿੰਗਲ ਦੋ ਬੰਦੇ ਦੇਸ਼ ਨੂੰ ਚਲਾ ਰਹੇ ਨੇ ਉਹ ਜਿੱਦਾਂ ਕਹਿੰਦੇ ਨੇ ਉਹ ਆਪਦੀ ਮਨਮਰਜ਼ੀ ਨਾਲ ਸਕੀਮ ਬਣਾ ਲੈਂਦੇ ਜਦੋਂ ਤੁਸੀਂ ਲੋਕਾਂ ਨੇ ਵਿਚਾਰ ਕਰੋਗੇ ਵਿਚਾਰ ਚੋਂ ਕੁਝ ਲੋਕ ਚੀਜ਼ਾਂ ਨਿਕਲ ਕੇ ਆਉਂਦੀਆਂ ਸੋ ਡੀਏਪੀ ਦਾ ਗੱਟਾ 450 ਰੁਪਏ ਦਾ ਮਿਲਦਾ ਸੀ ਅੱਜ 1300 ਰੁਪਏ ਦਾ ਡੀਏਪੀ ਦਾ ਗੱਟਾ ਹੈ ਸੋ ਸੇਮ ਇਟ ਹੈਪਨਸ ਵਿਦ ਦਾ ਡਾਲਰ ਕਹਿੰਦੇ ਹੁੰਦੇ ਸੀ ਆਦਰਣੀ ਪ੍ਰਧਾਨ ਮੰਤਰੀ ਜੀ ਕਿ ਡਾਲਰ ਅਬ ਐਸੇ ਵੜ ਗਿਆ ਕੈਸੇ ਰੁਪਇਆ ਗਿਰਤਾ ਹੈ ਮੈਂ ਦੇਖੂੰਗਾ ਤੁਹਾਡੇ ਸਾਹਮਣੇ 18 ਸਾਲਾਂ 'ਚ ਜੋ ਗਿਰਾਵਟ ਆਈ ਜਦੋਂ ਦੇਸ਼ ਪੂਰੀ ਦੁਨੀਆ ਦੇ ਅੰਦਰ ਕ੍ਰਾਈਸਿਸ ਸੀਗਾ ਇਸ ਦੇ ਬਾਵਜੂਦ ਡਾਕਟਰ ਮਨਮੋਹਨ ਸਿੰਘ ਤੋਂ ਓਬਾਮਾ ਵਰਗੇ ਰਾਸ਼ਟਰਪਤੀ ਸਲਾਹ ਲੈਂਦੇ ਹੁੰਦੇ ਸੀ ਕਿ ਇਕਾਨਮੀ ਕਿੱਦਾਂ ਤੁਸੀਂ ਸਟੈਂਡ ਰੱਖਣੀ ਹੈ ਸੋ ਉਹਨਾਂ ਨੇ ਰੱਖੀ ਕਰਕੇ ਦਿਖਾਈ ਬਿਕੋਜ਼ ਮਨਮੋਹਨ ਸਿੰਘ ਜੀ ਸ਼ੋਰ ਸ਼ਰਾਬਾ ਘੱਟ ਕਰਦੇ ਸੀ ਟੀਵੀ 'ਤੇ ਘੱਟ ਦੇਖਦੇ ਸੀ ਹੱਲਾ ਗੁੱਲਾ ਘੱਟ ਕਰਦੇ ਸੀ ਲੇਕਿਨ ਬੈਠ ਕੇ ਪਾਲਿਸੀਜ਼ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਸੋ ਇਸੇ ਕਰਕੇ ਸਾਡਾ ਦੇਸ਼ ਰੁਕਿਆ ਰਿਹਾ ਇਹਨਾਂ ਨੇ ਡੀਮੋਨੇਟਾਈਜੇਸ਼ਨ ਇਹ ਜਿਹੜੀਆਂ ਹੁਣ ਵਾਲੀਆਂ ਸਰਕਾਰਾਂ ਇਹ ਥੋੜ੍ਹਾ ਤਮਾਸ਼ਾ ਕਰਨ ਦੇ ਵਿੱਚ ਰੌਲਾ ਰੱਪਾ 'ਚ ਜੀ ਐੱਸ ਟੀ ਅੱਜ ਤੱਕ ਨਹੀਂ ਸਮਝ ਆਇਆ ਕਿਦੋਂ ਦਾ ਲਾਗੂ ਹੋਇਆ ਡੀਮੋਨੇਟਾਈਜੇਸ਼ਨ ਲੋਕਾਂ ਨੂੰ ਇਹ ਸਮਝ ਨਹੀਂ ਆਏਗੀ 60 ਬੰਦੇ ਕਾਰੇ 'ਚ ਚਲੇ ਗਏ ਲੋਕਾਂ ਨੂੰ ਇਹ ਲੱਗਦਾ ਸੀ ਕਿ ਸਭ ਕੁਆਲਿਟੀ ਆ ਜਾਏਗੀ ਸਭ ਲੋਕ ਇੱਕੋ ਜਿਹੇ ਹੋ ਜਾਣਗੇ ਲੇਕਿਨ ਹੋਇਆ ਕੀ ਤੁਹਾਨੂੰ ਪਤਾ ਡੀਮੋਨੇਟਾਈਜੇਸ਼ਨ ਸੋ ਵਟਐਵਰ ਜੋ ਵੀ ਹੋ ਰਿਹਾ ਹੈ ਇਹ ਸਾਰਾ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇੱਧਰ ਉੱਧਰ ਔਰ ਸਾਡੇ ਕੋਲੇ ਸਰਕਾਰ ਚਲਾਈ ਹੈ ਵੀ ਹੈਵ ਦਾ ਐਕਸਪੀਰੀਅੰਸ ਔਰ ਅਸੀਂ ਲੋਕਾਂ ਦੀ ਸਲਾਹ ਨਾਲ ਕੰਮ ਕਰਦੇ ਹਾਂ ਅਸੀਂ ਰਿਜ਼ਰਵ ਬੈਂਕ ਦੇ ਚੀਫ ਦੇ ਸਲਾਹ ਨਾਲ ਕੰਮ ਕਰਾਂਗੇ ਇਹ ਨਹੀਂ ਕਿ ਉਹਨੂੰ ਇੰਸਟਰਕਸ਼ਨ ਦੇਵਾਂਗੇ ਮਾਈਟ ਵੀ ਕਿਸੇ ਬੰਦੇ ਕੋਲੇ ਕੋਈ ਚੰਗੀ ਸਲਾਹ ਹੋਵੇ ਇਕਨੋਮੀ ਰਿਵਾਈਵ ਕਰਨ ਦੀ ਪ੍ਰਵੀਨ ਬਾਦਲ ਜੀ ਨੂੰ ਅੱਜ ਐਸਆਈਟੀ ਨੇ ਸਮਨ ਕੀਤਾ ਸੀ ਹਾਂਜੀ ਕੋਟ ਕਪੂਰਾ ਪੁਲਿਸ ਫਾਇਰਿੰਗ ਮਾਮਲੇ ਦੇ ਵਿੱਚ ਚਲੋ ਸੰਮਨ ਮਿਲੇ ਨਹੀਂ ਮਿਲੇ ਅਗਰ ਟੈਲੀਵਿਜ਼ਨ ਤੇ ਆ ਗਿਆ ਟੀਵੀ ਤੇ ਆ ਗਿਆ ਅਖਬਾਰ ਤੇ ਆ ਗਿਆ ਹਿੱਕ 'ਚ ਵੱਜਣਾ ਚਾਹੀਦਾ ਸੀ ਹਿੱਕ 'ਚ ਵੱਜਣਾ ਚਾਹੀਦਾ ਸੀ ਕਹਿਣਾ ਚਾਹੀਦਾ ਸੀ ਦੇਖੋ ਬਾਇਬਲ ਕਲਾਂ ਕਾਂਡ 'ਚ ਕੀ ਹੋਇਆ ਕੀਰਾ ਹੱਥ ਹੈ ਕੀਰਾ ਨਹੀਂ ਪਬਲਿਕ ਪਰਸੈਪਸ਼ਨ ਇਹ ਹੈ ਪਬਲਿਕ ਵਿਚਾਰਧਾਰਾ ਇਹ ਹੈ ਕਿ ਇਹ ਹਾਦਸਾ ਹੋਣਾ ਨਹੀਂ ਸੀ ਅਗਰ ਸਰਕਾਰ ਚਾਹੁੰਦੀ ਲੋਕਾਂ ਨੂੰ ਇਹ ਸ਼ਰੇਆਮ ਪਤਾ ਮੈਂ ਨਹੀਂ ਇਹਦੀ ਡੂੰਘਾਈ 'ਚ ਕੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਕਿਉਂ ਕੀਤੀ ਕਿਵੇਂ ਕੀਤੀ ਜਨਤਾ ਜਾਣਦੀ ਹੈ ਲੇਕਿਨ ਇਹ ਤਾਂ ਹੋਇਆ ਹੀ ਨਾ ਕਿ ਡਿਫੈਂਸ ਬਣਾਏ ਗਏ ਤੁਸੀਂ ਘਰੇ ਬੈਠ ਕੇ ਜਿਪਸੀ ਦੇ ਗੋਲੀਆਂ ਮਾਰ ਲਈਆਂ ਫਲਾਹ ਕੀਤਾ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕੌਣ ਆ ਉਸ ਵੇਲੇ ਦਾ ਗ੍ਰਹਿ ਮੰਤਰੀ ਉਹਨੂੰ ਇਹ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ ਭਾਈ ਇਹਨੂੰ ਰੋਕਣਾ ਮੈਂ ਗਲਤ ਕਿਉਂ ਹੋ ਰਿਹਾ ਮੈਂ ਨਹੀਂ ਕਹਿੰਦਾ ਤੁਸੀਂ ਜਾ ਕੇ ਗੋਲੀ ਬਣਾਤੀ ਲੇ ਕਿਸੇ ਨੇ ਡਿਫੈਂਸ ਵੀ ਜਾਲੀ ਬਣਾਤਾ ਤੁਸੀਂ ਇਹ ਦੱਸਣਾ ਹੈ ਘਰੇ ਬੈਠ ਕੇ ਗੋਲੀ ਚਲਾ ਕੇ ਡਿਫੈਂਸ ਬਣਾ ਕੇ ਤੁਸੀਂ ਦੋ ਬੰਦੇ ਮਾਰ ਮੁਕਾ ਦਿੱਤੇ ਗਏ ਕਿਵੇਂ ਉੱਥੇ ਸੋ ਜੇ ਹਿੱਕ 'ਚ ਵੱਜਣਾ ਚਾਹੀਦਾ ਤੁਹਾਨੂੰ ਸੰਮਣ ਆਏ ਨਹੀਂ ਆਏ ਤੁਹਾਨੂੰ ਸਿੱਟ ਨੇ ਬਣਾ ਲਿਆ ਤੁਸੀਂ ਕਹੋ ਵੀ ਅਖਬਾਰ 'ਚ ਖਬਰ ਲੱਗੀ ਸੀ ਅਸੀਂ ਆ ਗਏ ਹਾਂਜੀ ਸੋ ਹੁਣ ਤੁਸੀਂ ਆਪ ਹੀ ਦੇਖ ਲਿਓ ਅਸੀਂ ਇਸ ਬਾਰੇ ਹੁਣ ਮੈਂ ਗੱਲ ਕਰਾਂਗਾ ਸਾਡੀ ਤਾਂ ਮੰਨੀ ਨਹੀਂ ਨਾ ਤੁਸੀਂ ਮੰਨੀ ਨਾ ਅਸੀਂ ਲੋਕਾਂ ਨੂੰ ਕਹਿੰਦੇ ਰਹੇ ਕਿਉਂਕਿ ਸਾਡੇ ਸਮੇਂ ਵੀ ਮਾਈਨਿੰਗ ਦਾ ਬੋਲਬਾਲਾ ਸੀਗਾ ਲੇਕਿਨ ਇਸ ਦੇ ਬਾਵਜੂਦ ਰੌਲਾ ਪਾਉਂਦੇ ਰਹੇ ਹੁਣ ਜਿਹੜੀਆਂ ਸਰਕਾਰ ਆਈ ਸੀ ਕਿ ਅਸੀਂ ਇੰਨਾ ਮਾਲੀਆ ਇਕੱਠਾ ਕਰਾਂਗੇ ਹੁਣ ਕਹਿ ਦਿੱਤਾ ਗਿਆ ਕਿ ਪਿੱਟ 'ਤੇ ਅਸੀਂ ਰੇਟ 9.5 ਰੁਪਏ ਦੇਵਾਂਗੇ ਉਦੋਂ ਬਾਅਦ ਟਰਾਂਸਪੋਰਟੇਸ਼ਨ ਲੱਗੇਗੀ ਬਈ ਜਿਹੜਾ ਗਰੀਬ ਬੰਦਾ ਉਹਨੂੰ ਤਾਂ ਰੇਤਾ ਡਬਲ ਮਹਿੰਗਾ ਹੋ ਗਿਆ ਨਾ ਸੋ ਇਹ ਮਾਈਨਿੰਗ ਜਦੋਂ ਹੋਰ ਬੰਦ ਹੋ ਜਾਏਗੀ ਮੈਨੂੰ ਲੱਗਦਾ ਕੰਮ ਚੰਗੀ ਤਰ੍ਹਾਂ ਕੇਸ ਨਹੀਂ ਕੋਈ ਐਸੀਆਂ
ਜਿਹੜੀਆਂ ਕੁਤਾਈਆਂ ਹੋਣੀਆਂ ਉਹ ਫੜੀਆਂ ਹੋਣੀਆਂ ਜਿਹੜੀ BSF ਨੇ ਸ਼ਿਕਾਇਤ ਕੀਤੀ ਤੇ ਕੋਗਨੀਜੈਂਸ ਹਾਈ ਕੋਰਟ ਨੇ ਲਿਆ ਹੈ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕ ਨੇ ਉਹ ਹੋਰ ਇਸ ਗੱਲ ਤੋਂ ਪੀੜਿਤ ਰਹਿਣ ਵਾਲੇ ਨੇ। ਰੇਤਾ ਅੱਜ ਡਬਲ ਰੇਟ ਹੈ ਸਾਡੇ।